ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਫਗਵਾੜਾ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜਿੱਥੇ ਪਿਛਲੇ ਦਿਨੀ ਉਹਨਾਂ ਨੇ ਫਗਵਾੜਾ ਵਿਖੇ ਮੰਡੀਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ ਜੋ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਹੀ ਹੁਣ ਉਹਨਾਂ ਨੇ ਗੁਲਾਬਗੜ੍ਹ ਤੋਂ ਸੰਗਤਪੁਰ ਜਾਂਦੀ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਕੁੱਲ ਲਾਗਤ 32 ਲੱਖ ਦੱਸੀ ਗਈ ਹੈ। ਜੋਗਿੰਦਰ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਸੜਕ ਤੇ ਕੁੱਲ 32 ਲੱਖ ਦਾ ਖਰਚਾ ਹੋਵੇਗਾ, ਜਿਸ ਨਾਲ ਰਾਹਗੀਰਾਂ ਨੂੰ ਆਉਣ ਜਾਣ ਵਿੱਚ ਬਹੁਤ ਆਸਾਨੀ ਹੋਵੇਗੀ। ਉਹਨਾਂ ਕਿਹਾ ਕਿ ਫਗਵਾੜਾ ਦੀਆਂ ਬਾਕੀ ਸੜਕਾਂ ਦੀ ਵੀ ਇਸੇ ਤਰ੍ਹਾਂ ਮੁਰੰਮਤ ਕਰਵਾਈ ਜਾਵੇਗੀ। ਚੱਕ ਪ੍ਰੇਮਾ ਨੂੰ ਲਿੰਕ ਕਰਦੀ ਹੈ, ਲਖਪੁਰ ਚੱਕ ਪ੍ਰੇਮਾ ਨੂੰ ਰੋਡ ਜਿਹੜੀ ਨਹਿਰ ਦੇ ਨਾਲ ਨਾਲ ਹੈ, ਇਹ ਰੋਡ ਬਣ ਰਹੀ ਹੈ ਤਕਰੀਬਨ 2 ਕਿਲੋਮੀਟਰ ਦੇ ਕਰੀਬ। ਚੱਕ ਪ੍ਰੇਮਾ ਤੋਂ ਜਿਹੜੀ ਖਰਚ ਕਰਦੀ ਉੱਥੋਂ ਸਿੰਘਪੁਰ ਤੱਕ ਤਕਰੀਬਨ 27 ਲੱਖ ਦੀ ਕੋਸਟ ਦੇ ਨਾਲ ਹੈ। ਇੱਥੋਂ ਇੱਥੇ ਸੰਗਤਪੁਰ ਤੋਂ ਜਿਹੜੀ ਜਾਂਦੀ ਹੈ ਬਰਾਹਾਂ ਲਾਗਵਾੜ ਦੀ ਕੋਈ 2.50 ਦੇ ਕਰੀਬ ਹੈ ਕਿਲੋਮੀਟਰ ਦੇ ਹਿਸਾਬ ਨਾਲ, ਤੋ ਕੋਈ 32 ਲੱਖ ਦੀ ਕੋਸਟ ਦੇ ਨਾਲ ਇਹ ਰੋਡ ਜਿਹੜੀ ਤਿਆਰ ਹੋ ਰਹੀ ਹੈ, ਇਹਦੇ 'ਤੇ ਪੱਥਰ ਪੈ ਰਿਹਾ, ਪਿੱਛੋਂ ਤਿਆਰੀ ਹੋ ਰਹੀ ਹੈ। ਔਰ ਇਹਦੇ ਨਾਲ ਸਾਨੂੰ ਜ਼ਿਮੀਂਦਾਰਾਂ ਨੂੰ ਔਰ ਦੂਸਰੇ ਰਾਜਗਾਰਾਂ ਨੂੰ ਬਹੁਤ ਅੱਛਾ ਹੋਏਗਾ, ਕਿਉਂਕਿ ਝੋਨੇ ਦਾ ਸੀਜ਼ਨ ਹੈ, ਥੋੜ੍ਹੇ ਜਿਹੇ ਲੇਬਰ ਕਰਕੇ ਕੰਮ ਮੱਠਾ ਹੈਗਾ, ਨਹੀਂ ਤਾਂ ਜਿੰਨੀਆਂ ਵੀ ਰੋਡਸ ਤੁਹਾਡੇ ਦੀਆਂ ਹੈਗੀਆਂ ਤਕਰੀਬਨ ਕਾਫ਼ੀ 2.5 ਕਰੋੜ ਰੁਪਏ ਦੇ ਐਸਟੀਮੇਟ ਦੇ ਨਾਲ ਸਾਰੀਆਂ ਤਿਆਰ ਹੋ ਰਹੀਆਂ ਨੇ। ਔਰ ਮੇਰੀ ਕੋਸ਼ਿਸ਼ ਹੈ ਕਿ ਬਰਸਾਤ 1 ਹਫ਼ਤੇ ਤੱਕ ਆ ਜਾਣੀਆਂ, ਵੱਧ ਤੋਂ ਵੱਧ ਜਿਹੜੀਆਂ ਰੋਡਸ ਹੈਗੀਆਂ ਉਹਨਾਂ ਨੂੰ ਪੇਂਡੂ ਰੋਡ ਜਿਹੜੀਆਂ ਉਹਨਾਂ ਨੂੰ ਕੀਤਾ ਜਾਵੇ, ਡਿਪਾਰਟਮੈਂਟ ਵੀ ਔਰ ਨਾਲ ਜਿੱਥੇ ਮਿੱਟੀ ਪੈਣ ਵਾਲੀ ਹੈ ਬਰਨ ਵਗੈਰਾ ਦੇ, ਉਹ ਮਨਰੇਗਾ ਤੋਂ ਹਰ ਪੰਚਾਇਤ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੇ ਬਰਨਸ ਵਗੈਰਾ ਹੈਗੇ ਜਿਹੜਾ ਉਹਨਾਂ ਨੂੰ ਪੈ ਜਾਵੇ। ਔਰ ਮੈਂ ਸਰਕਾਰ ਦਾ ਕਰਤਵਿੰਦਰ ਸਿੰਘ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਪਿੰਡਾਂ ਦੀਆਂ ਰੋਡਸ ਨੂੰ ਅੱਛਾ ਬਣਾਉਣ ਵਾਸਤੇ ਜਿਹੜੀਆਂ 10 ਸਾਲ ਨਹੀਂ ਬਣੀਆਂ ਅਤੇ ਜੋ 12 ਸਾਲ 10-12 ਸਾਲ ਦੀਆਂ ਰੋਡਸ ਜਿਹੜੀਆਂ ਉਹ ਪ੍ਰਾਜੈਕਟ ਦਿੱਤੇ ਹੋ ਰਹੀਆਂ, ਮੈਂ ਸਰਕਾਰ ਦਾ ਪੰਚਾਇਤ ਵੱਲੋਂ ਔਰ ਖਾਸ ਕਰਕੇ ਧੰਨਵਾਦੀ ਹਾਂ। ਇਸ ਮੌਕੇ ਤੇ ਪਿੰਡ ਵਾਸੀ ਤੇ ਕਾਂਗਰਸੀ ਵਰਕਰ ਉੱਥੇ ਮੌਜੂਦ ਸਨ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99 154 23 251।